ਐਂ ਜੀ ਅਸੀਂ ਘੋੜਾ ਚੌਂਕ ਪਹੁੰਚ ਗਏ ਹਾਂ। ਇੱਥੋਂ ਦੀ ਗੱਡੀ ਘੁਮਾ ਕੇ ਸਾਈਡ 'ਤੇ ਗੱਡੀ ਖਿਲਾਰੀ ਜਾਏਗੀ, ਫਿਰ ਜਾਣਾ ਤੁਹਾਨੂੰ ਬਾਕੀ ਵਿਊ ਚੈੱਕ ਕਰਵਾਇਆ ਜਾਏਗਾ ਘੋੜਾ ਚੌਂਕ ਦਾ। ਐਂ ਜੀ ਅਸੀਂ ਗੱਡੀ ਖਿਲਾਰ ਲਈ, ਹੁਣ ਤੁਹਾਨੂੰ ਬਹਾਨੇ ਆ। ਇਹ ਘੋੜਾ ਚੌਂਕ ਹੈ ਜੀ, ਇਹਦਾ ਵਿਊ ਚੈੱਕ ਕਰੋ। ਫੋਟੋ ਸ਼ੂਟਿੰਗ ਵਾਸਤੇ ਤਾਂ ਬੜਾ ਹੀ ਅੱਛਾ ਆ ਜਾਣਾ ਵਿਊ ਹੈ, ਇੱਥੇ ਬੜਾ ਹੀ ਸ਼ਾਨਦਾਰ ਮਾਹੌਲ ਹੈ, ਚੈੱਕ ਕਰ ਸਕਦੇ ਹੋ। ਹਾਂਜੀ ਗਾਇਜ਼, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਕਿ ਸਾਰੇ ਭਰਾ ਠੀਕ ਠਾਕ ਹੋਣਗੇ। ਅਤੇ ਅੱਜ ਦੇ ਵਲਾਗ 'ਚ ਤੁਹਾਡਾ ਵੈਲਕਮ ਆਉਂਦੇ ਹਾਂ। ਅਤੇ ਅੱਜ ਦਾ ਵਲਾਗ ਸਾਡਾ ਸਿਟਿੰਗ ਹਾਊਸਿੰਗ 'ਚ ਵੇ, ਠੀਕ ਹੈ? ਤੁਹਾਨੂੰ ਇੱਥੋਂ ਦਾ ਵਿਜ਼ਿਟ ਕਰਵਾਵਾਂਗੇ, ਤੁਹਾਨੂੰ ਇੱਥੋਂ ਦਾ ਵਿਊ ਚੈੱਕ ਕਰਾਵਾਂਗੇ। ਬੜਾ ਹੀ ਸ਼ਾਨਦਾਰ ਮਾਹੌਲ ਹੈ ਇੱਥੋਂ ਦਾ। ਇਹ ਜੀ ਲਿਖੇ ਹੈ ਵੈਲਕਮ ਟੂ ਸਿਟੀ ਹਾਊਸਿੰਗ, ਬੜੇ ਜਾਣਾ ਅੱਛਾ ਲਿਖੇ ਆ, ਬੜੇ ਸੋਹਣਾ ਲੱਗਦਾ ਦੂਰੋਂ ਇਹਦੀ ਵੀਡੀਓ ਬਣਾਈ ਜਾਏ ਤੇ। ਇਹ ਜੀ ਉਹਦੇ ਅੱਗੇ ਉਹਨਾਂ ਬੈਨ ਕਰਾਉਣ ਵਾਸਤੇ ਜਗ੍ਹਾ, ਇਹ ਜੀ ਉਹਨਾਂ ਪਹਾੜ ਬਣਾਏ ਨੇ ਪੱਥਰਾਂ ਦੇ, ਇੱਥੋਂ ਪਾਣੀ ਡਿੱਗਦਾ, ਇਹ ਤਲਾਅ ਦੇ ਵਿੱਚ ਆਉਂਦਾ ਹੁੰਦਾ। ਪੁੱਲ ਬਣੇ ਆ ਜੀ, ਤੁਹਾਨੂੰ ਚੈੱਕ ਕਰਾਉਂਦੇ ਆ ਪਹਾੜ ਵੀ। ਇਹ ਪਹਾੜ ਬਣੇ ਨੇ ਜੀ, ਉਹ ਵੇਖੋ ਦੋ ਮੁੰਡੇ ਬੈਠੇ ਨੇ, ਅਜੇ ਫਿਲਹਾਲ ਬੰਦੇ, ਠੀਕ ਜਦੋਂ ਚੱਲੇਗਾ ਤਾਂ ਫਿਰ ਇਹਦੀ ਮਜ਼ੀਦ ਵੀਡੀਓ ਬਣਾਈ ਜਾਏਗੀ। ਵਿਊ ਚੈੱਕ ਕਰੋ, ਇਹ ਜੇ ਸ਼ਾਵਰ ਦੀ ਤਰਫ ਜਾ ਰਹੇ ਹਾਂ। ਸ਼ਾਵਰ ਤਾਂ ਸ਼ਾਇਦ ਫਿਲਹਾਲ ਬੰਦ ਹੋਵੇ ਕਿਉਂਕਿ ਈਦ 'ਤੇ ਚੱਲਦਾ ਸੀ ਪਿਆ, ਹੁਣ ਬੰਦ ਹੋਣਾ। ਇਹ ਬਿੱਲੀ ਚੌਂਕ ਆ ਗਿਆ ਜੀ, ਚੈੱਕ ਕਰ ਸਕਦੇ ਹੋ ਵਿਊ, ਬੜਾ ਹੀ ਅੱਛਾ ਵਿਊ ਵੇ ਇੱਥੋਂ ਦਾ। ਇਹ ਜੀ ਸਾਰਾ ਸ਼ੋਪ ਏਰੀਆ, ਬੜੀਆਂ ਬੜੀਆਂ ਉੱਚੀਆਂ ਬਿਲਡਿੰਗਾਂ ਬਣੀਆਂ ਨੇ ਇੱਥੇ, ਠੀਕ ਹੈ? ਬੜੇ ਬੜੇ ਅੱਛੇ ਰੈਸਟੋਰੈਂਟ ਨੇ, ਬੜੇ ਬੜੇ ਰਿਚ ਲੋਕ ਇੱਥੇ ਆਉਂਦੇ ਨੇ, ਵੇਖ ਸਕਦੇ ਹੋ। ਬੜੇ ਜਾਣਾ ਸਾਫ ਸੁਥਰਾ ਮਾਹੌਲ ਹੈ, ਵੇਖ ਸਕਦੇ ਹੋ। ਦਰਖਤ ਵੀ ਜਾਣਾ ਬੜੇ ਫੈਸ਼ਨ ਵਾਲੇ ਲਗਾਏ ਨੇ ਉਹਨਾਂ ਨੇ, ਬੜੇ ਅੱਛੇ ਲੱਗਦੇ ਨੇ ਪੇ ਪੌਦੇ ਵੀ। ਇਹ ਜੇ ਸ਼ਾਵਰ ਦੇ ਕੋਲ ਆ ਗਏ ਹਾਂ, ਸ਼ਾਵਰ ਤਾਂ ਹੁਣ ਬੰਦ ਹੈ, ਠੀਕ, ਕਿਉਂਕਿ ਈਦ 'ਤੇ ਚੱਲਿਆ ਸੀ ਅਤੇ ਹੁਣ ਬੰਦ ਹੈ, ਹੁਣ ਫਿਰ ਸ਼ਾਇਦ ਜੇ ਰਹਿਣਾ ਸੈਟਰਡੇ ਨੂੰ ਚੱਲੇ। ਚੈੱਕ ਕਰੋ ਬੰਦ ਦਾ ਵੀ ਜਾਣਾ, ਬੜਾ ਹੀ ਅੱਛਾ ਮਾਹੌਲ ਹੈ, ਵੇਖੋ ਪਾਣੀ ਵੀ ਸਾਫ ਸੁਥਰਾ। ਹਾਂਜੀ ਗਾਇਜ਼, ਆ ਮੇਰੇ ਕੋਲ ਪੁਰਾਣੀਆਂ ਵੀਡੀਓ ਪਈਆਂ ਨੇ, ਵੇਖ ਸਕਦੇ ਹੋ। ਰਾਤ ਦਾ ਵੀ ਜਾਣਾ ਬੜਾ ਅੱਛਾ ਨਜ਼ਾਰਾ, ਬੜਾ VIP ਮਾਹੌਲ ਹੈ। ਹਾਂ ਜੀ ਹੁਣ ਅਸੀਂ ਜਾ ਰਹੇ ਹਾਂ ਚਿੜੀਆ ਘਰ ਜ਼ੂ 'ਚ। ਹਾਂ ਜੀ ਅਸੀਂ ਚਿੜੀਆ ਘਰ ਪਹੁੰਚ ਗਏ ਹਾਂ, ਬੋਰਡ ਵੀ ਉਹਨਾਂ ਦਾ ਲੱਗਾ ਹੈ, ਠੀਕ ਹੈ? ਇਹ ਰਸਤਾ ਜਾਂਦਾ, ਵੇਖ ਸਕਦੇ ਹੋ। ਹਾਂ ਜੀ ਹੁਣ ਆ ਬਾਈਕ ਖੜ੍ਹੀ ਕਰ ਦਿੱਤੀ ਹੈ, ਹੁਣ ਜਾਵਾਂਗੇ ਅੰਦਰ। ਜੀ ਬੋਰਡ ਲੱਗਾ ਵਾਈਟ ਲਾਈਨ ਦਾ, ਵਾਈਟ ਲਾਈਨ ਤੋਂ ਵੀਡੀਓ ਸ਼ੁਰੂ ਹੋਏਗੀ। ਸ਼ਾਮ ਦੇ 7 ਵੱਜ ਚੁੱਕੇ ਨੇ ਅਤੇ ਹੁਣ ਸਾਡੀ ਸਲਾਹ ਬਣ ਜਾਏਗੀ ਅਸੀਂ ਵਾਪਸ ਜਾਈਏ। ਅਤੇ ਅਸੀਂ ਹੁਣ ਵਾਪਸ ਵਾਲੇ ਰਸਤੇ 'ਤੇ ਆ ਗਏ ਹਾਂ, ਅਤੇ ਜਾਂਦੇ ਜਾਂਦੇ ਤੁਹਾਨੂੰ ਸ਼ਾਮ ਦਾ ਵਿਊ ਵੀ ਚੈੱਕ ਕਰਾਉਂਦੇ ਹਾਂ ਟਾਊਨ ਦਾ ਵਾਪਸ ਜਾਂਦੇ ਆ। ਵਾਪਸ ਵਾਲੇ ਰਸਤੇ 'ਤੇ ਘੋੜਾ ਚੌਂਕ ਦੇ ਵਿੱਚ ਹੀ ਵਾਪਸ ਆ ਗਏ ਹਾਂ, ਅਤੇ ਇਸ ਤੋਂ ਬਾਅਦ ਬਾਹਰ ਗੇਟ ਤੋਂ ਆਊਟ ਹੋ ਜਾਵਾਂਗੇ ਅਤੇ ਫਿਰ ਕਾਰ ਦੀ ਤਿਆਰੀ। ਨਾਈਟ ਦਾ ਵਿਊ ਚੈੱਕ ਕਰੋ, ਨਾਈਟ ਦਾ, ਠੀਕ, ਬੜਾ ਹੀ ਅੱਛਾ ਜਿਹਾ ਨਾ ਵਿਊ ਹੈ।
ਸ਼ਾਮ ਦੇ ਟਾਈਮ ਵਿੱਚ ਬੰਦਾ ਫੋਟੋ ਸ਼ੂਟਿੰਗ ਕਰ ਸਕੇ, ਅੱਛੀਆਂ ਫੋਟੋਜ਼ ਰਹਿਣਾ, ਬੰਦਾ ਕਲਿੱਕ ਕਰ ਸਕਦਾ, ਵੇਖ ਸਕਦੇ ਹੋ।